दिवाली दी रात दीवे बालियन तारे जात सुनात अंबर पालियन दाल रोटी कर दी दिवाली अमृतसर दी। सत श्री अकाल जी। दिवाली संस्कृत भाषा का शब्द है जिसका अर्थ है दीप अते आवली, भाव दीवियां दी माला जां दीवियां दी कतार जां दीवियां दी लाइन। दिवाली दीवियां दा त्योहार है, जित दा ज्ञान दा त्योहार है। जिस तरह दीवे दा चानन अंधकार नू हनेरे नू दूर करदा है, उसे तरह ज्ञान दा प्रकाश जिहड़ा वा ओह साडे मना दे हनेरे नू दूर करदा है। दिवाली हिंदुआं अते सिखां दा सांझा त्योहार है। क्यों? क्योंकि इस दिन दिवाली वाले दिन सिखां दे छेवें गुरु श्री गुरु हरगोबिंद साहिब जी ग्वालियर दे किले विच जदों 52 राजे जहांगीर ने कैद कीते सन, तां इस दिन बाबा जी जिहड़े है श्री गुरु हर गोबिंद साहिब जी छेवें गुरु 52 राजे जिहड़े ने ओह ग्वालियर दे किले विच रिहा करा के श्री अमृतसर साहिब आए सन। ते लोकां ने जिहड़ा वा बाबा जी दे श्री अमृतसर साहिब आउण दी खुशी विच घिओ दे दीवे उस दिन जिहड़े सी ओह बाले सन, ते खुशी जिहड़ी सी ओह सांझी कीती सी। ਇਹ ਤਿਉਹਾਰ ਜਿਹੜਾ ਹੈ ਉਹ ਹਿੰਦੂਆਂ ਦਾ ਵੀ ਤਿਉਹਾਰ ਹੈ। ਕਿਉਂ? ਕਿਉਂਕਿ ਇਸ ਦਿਨ ਸ਼੍ਰੀ ਰਾਮ ਚੰਦਰ ਜੀ ਜਿਹੜੇ ਨੇ ਉਹਨਾਂ ਨੂੰ ਜਦੋਂ 14 ਸਾਲਾਂ ਦਾ ਬਨਵਾਸ ਮਿਲਿਆ ਸੀ, ਤਾਂ ਉਹ ਦੀਵਾਲੀ ਵਾਲੇ ਦਿਨ 14 ਸਾਲਾਂ ਦਾ ਬਨਵਾਸ ਜਿਹੜਾ ਵਾ ਉਹ ਕੱਟ ਕੇ ਅਯੁੱਧਿਆ ਵਾਪਸ ਜਿਹੜੇ ਸੀ ਉਹ ਆਏ ਸਨ। ਅਤੇ ਸ਼੍ਰੀ ਰਾਮ ਚੰਦਰ ਜੀ ਦੇ ਅਯੁੱਧਿਆ ਵਾਪਸ ਆਉਣ ਦੀ ਖੁਸ਼ੀ ਵਿੱਚ ਲੋਕਾਂ ਨੇ ਜਿਹੜੇ ਆ ਉਹ ਘਿਓ ਦੇ ਦੀਵੇ ਬਾਲੇ ਸਨ ਅਤੇ ਖੁਸ਼ੀ ਸਾਂਝੀ ਜਿਹੜੀ ਆ ਉਹ ਕੀਤੀ ਸੀ। ਦੀਵਾਲੀ ਜਿਹੜੀ ਹੈ ਉਹ ਕੱਤਕ ਮਹੀਨੇ ਦੀ ਮੱਸਿਆ ਨੂੰ ਜਿਹੜੀ ਆ, ਕਿਉਂਕਿ ਕੱਤਕ ਮਹੀਨੇ ਦੀ ਮੱਸਿਆ ਨੂੰ ਦੀਵਾਲੀ ਆਉਂਦੀ ਹੈ, ਅਤੇ ਮੱਸਿਆ ਜਿਹੜੀ ਆ ਉਹ ਹਨੇਰੇ ਵਾਲੀ ਜਿਹੜੀ ਉਹ ਰਾਤ ਹੁੰਦੀ ਹੈ। ਅਤੇ ਜਦੋਂ ਦੀਵਾਲੀ ਦਾ ਤਿਉਹਾਰ ਕੱਤਕ ਦੀ ਮੱਸਿਆ ਨੂੰ ਆਉਂਦਾ ਹੈ, ਅਤੇ ਚਾਰ ਚੁਫੇਰੇ ਜਦੋਂ ਲੜੀਆਂ ਦੀਵੇ ਲਾਈਟਾਂ ਵਗੈਰਾ ਜਗਦੀਆਂ ਹਨ, ਤਾਂ ਪੂਰਾ ਜਿਹੜਾ ਵਾਤਾਵਰਨ ਵਾ ਉਹ ਰੁਸ਼ਨਾ ਜਾਂਦਾ ਹੈ, ਚੁੰਦਿਆ ਜਾਂਦਾ ਹੈ ਦੀਵਿਆਂ ਦੀ ਰੋਸ਼ਨੀ ਨਾਲ। ਦੀਵਿਆਂ ਦੀ ਰੋਸ਼ਨੀ ਨਾਲ ਲੜੀਆਂ ਜੋ ਮਤਲਬ ਕਿ ਆਤਿਸ਼ਬਾਜ਼ੀ ਜਿਹੜੇ ਨੇ ਉਹਨਾਂ ਦੇ ਨਾਲ, ਅਤੇ ਸਾਨੂੰ ਲੋੜ ਹੈਗੀ ਹੈ ਅੱਜ ਕਿ ਦੀਵਾਲੀ ਵਾਲੇ ਦਿਨ ਜਿਹੜੇ ਆ ਅਸੀਂ ਵੀ ਆਪਣੇ ਮਨ ਦੇ ਅੰਦਰੋਂ ਹਨੇਰੇ ਜਿਹੜੇ ਆ ਉਹ ਦੂਰ ਕਰਕੇ ਜਿਹੜੇ ਆ ਉਹ ਮਨ ਦੇ ਅੰਦਰ ਜਿਹੜੀ ਰੋਸ਼ਨੀ ਪੈਦਾ ਕਰੀਏ, ਗਿਆਨ ਦੀ ਪੈਦਾ ਕਰੀਏ, ਅੰਧਕਾਰ ਨੂੰ ਜੋ ਭੈੜੇ ਸਾਡੇ ਕਾਮ ਕ੍ਰੋਧ ਲੋਭ ਮੋਹ ਪੰਜ ਜਿਹੜੇ ਹੈ ਸਾਡੇ ਦੁਸ਼ਮਣ ਜਿਹੜੇ ਨੇ ਉਹਨਾਂ ਨੂੰ ਜਿਹੜੇ ਆ ਉਹ ਜਿਹੜੇ ਆਪਣੇ ਮਨ ਵਿੱਚੋਂ ਜਿਹੜੇ ਆ ਬਾਹਰ ਕੱਢੀਏ, ਅਤੇ ਹਰ ਇੱਕ ਦੇ ਨਾਲ ਜਿਹੜਾ ਦੀਵਾਲੀ ਦਾ ਤਿਉਹਾਰ ਜਿਹੜਾ ਵਾ ਸਾਂਝਾ ਕਰੀਏ। ਇੱਕ ਵਾਰ ਫਿਰ ਸਾਰੇ ਦੇਸ਼ ਵਾਸੀਆਂ ਨੂੰ ਦੀਵਾਲੀ ਦੇ ਤਿਉਹਾਰ ਦੀਆਂ ਲੱਖ ਲੱਖ ਵਧਾਈਆਂ ਹੋਣ, ਮੁਬਾਰਕਾਂ ਹੋਣ ਜੀ। ਧੰਨਵਾਦ ਜੀ।